ਜਿੰਨੀ ਜ਼ਿਆਦਾ ਵੱਧ ਖੋਲੋਗੇ ਉਨਾ ਵਧੀਆ ਆ। ਜਿੱਥੇ ਤੁਹਾਡਾ ਟਰੈਕਟਰ ਖਿੱਚਦਾ ਉੱਥੇ ਤੱਕ ਚਲਾਓ। ਫੇ ਉਦਾਂ ਥੋੜੇ ਇੱਕ ਇੱਕ ਪਾਣਾ ਦਿਸਣ ਲੱਗ ਪੈਣਾ ਜੇ ਰੈਲੀ ਰੈਲੀ ਜਾਊਂਗੇ। ਫੇ ਹਰੇਕ ਹਰੇਕ ਰੈਲ ਦੇ ਇੱਕ ਪਾਣਾ ਸੁੱਟੂਗਾ। ਤਿੰਨਾਂ ਗੇੜਿਆਂ ਦਾ ਮੋੜ ਤੇ ਜਾ ਕੇ ਐਨ ਫਰੀ ਹੋ ਜਾਣੀ। ਮੱਥਿਆਂ ਦੇ ਗੇੜੇ ਜਿਹੜੇ ਹੈ ਨਾ ਇਹਨੇ ਕਦੀ ਉੱਚੇ ਨੀਵੇਂ ਨਹੀਂ ਕਰੂਗੀਆਂ। ਜੇ ਮੱਥੇ ਦੇ ਗੇੜੇ ਤੁਹਾਨੂੰ ਦੂਈਦਾਰ ਨੂੰ ਲਾਉਣੇ ਪੈਣਗੇ ਇੱਕ ਵਾਰੀ ਦੋ ਦੋ ਗੇੜੇ ਸਾਡੀਆਂ ਤਵੀਆਂ ਤੁਸੀਂ 53 ਦੱਸ ਨਾ 24 ਜਾਣੀ ਕਿ ਜੇ ਟਾਇਰਾਂ 'ਚ ਪਾਣੀ ਪਿਆ ਨਾ 53 ਦਾ ਨਾ 24 ਤਵੀਆਂ ਆਰਾਮ ਨਾਲ ਚੱਲੂਗੀਆਂ ਜੇ ਟਾਇਰਾਂ 'ਚ ਪਾਣੀ ਆ। ਜੇ ਪਿੱਛੇ ਬੇਟ ਆ ਦੋ ਦੋ ਬੇਟ ਹੋਣ ਜਾਵੇ। ਅੱਛਾ ਪਹਿਲਾਂ ਪਾਣੀ ਸੀਗਾ ਠੀਕ ਹੈ ਜੀ। 24 ਤਵੀਆਂ ਤੱਕ ਆਰਾਮ ਨਾਲ ਚੱਲੂਗੀ। ਜ਼ਮੀਨ ਭਾਵੇਂ ਇੱਦੂ ਵੀ ਹਾਰਡ ਹੋਵੇ ਕੋਈ ਫਰਕ ਨਹੀਂ, ਤਵੇ ਤਿੱਖੇ ਮੂੰਹ ਜਦ ਧਾਰ ਲੈ ਗਏ ਫਿਰ ਕੋਈ ਪਰਵਾਹ ਨਹੀਂ। ਹੁਣ ਇਹਨੂੰ ਭਾਵੇਂ ਦੋਹਰਾ ਲਾ ਲਾ ਤੇਰਾ ਲਾ ਲਾ, ਜਿੰਨਾ ਦੋ ਵਾਰੀ ਗੇੜਿਆਂ 'ਚ ਦੱਬ ਗਿਆ ਟਰੈਕਟਰ ਉਨਾ ਹੀ ਦੱਬਣਾ, ਉਸ ਤੋਂ ਬਾਅਦ ਨਹੀਂ ਦੱਬੂਗਾ। ਸਾਡੀ ਹੈਰੋ ਜਿੰਨਾ ਵੱਧ ਖੋਲੋਗੇ ਉਨਾ ਵਧੀਆ ਚਲਾਉਗੀ। ਇਹਨੂੰ ਵੱਧ ਖੋਲ ਕੇ ਚਲਾਓ। ਆਮ ਕੀ ਆ, ਲੋਕੀ ਵਜਨ ਦੇ ਨਾਲ ਹਿਸਾਬ ਨਾਲ ਤਵੀਆਂ ਚਲਾਉਂਦੇ, ਅਸੀਂ ਵਜਨ ਦੇ ਹਿਸਾਬ ਨਾਲ ਨੀ ਕਹਿੰਦੇ। ਅਸੀਂ ਕਹਿੰਦੇ ਵੱਧ, ਅਸੀਂ ਵੱਧ ਖੋਲਣ ਦੇ ਬਿਲੀਵ ਕਰਦੇ, ਜਿੰਨੀਆਂ ਵੱਧ ਖੋਲ। ਸਾਡੀ ਬਹਾਈ ਸਾਰਾ ਸਾਡੀ ਬਾਪੂ ਹੀ ਕਰਦਾ, ਅਸੀਂ ਤਾਂ ਬਸ ਇੱਥੇ ਮੜ ਜਾ ਗਾਹਕ ਗੂਕ ਨੂੰ ਚਲਾ ਕੇ ਦਿਖਾ ਦੇਣੀ। ਬਹਾਈ ਇਹਦੀ 40 ਖੇਤਾਂ ਦੀ ਬਹਾਈ ਇਹਨੇ ਕਰਦੀ। ਸਾਡੇ ਕੋਲ ਜੀ 12 ਮਹੀਨੇ 30 ਦਿਨ ਚੱਲੀ ਆ ਬਸ। ਉੱਦਾਂ ਮਾੜੀ ਆ ਜਨਵਰੀ ਫਰਵਰੀ ਮਹੀਨੇ, ਦਸੰਬਰ ਤੇ ਜਨਵਰੀ ਤੇ ਇੱਕ ਜੁਲਾਈ ਤੇ ਅਗਸਤ, ਇਹ ਥੋੜ੍ਹੀ ਜਿਹਾ ਡਾਊਨ ਹੁੰਦਾ। ਇਹਨਾਂ ਦਿਨਾਂ 'ਚ ਅਸੀਂ ਸਮਾਨ ਤਿਆਰ ਕਰਕੇ ਰੱਖ ਲਈਏ, ਕੋਈ ਟਾਵਾਂ ਸੈੱਟ ਜਾਂਦਾ ਇਹਨਾਂ ਦਿਨਾਂ 'ਚ ਬਣਾਉਂਦੇ ਆਰਡਰ 5505024 ਦਿਨ 72 ਹੈ। ਕਸਟਮਰ ਆਏ ਹੋਏ ਆ ਪਿੰਡ ਦੂਜੀ ਚਿੱਟੀ ਤੋਂ, ਉਹਨਾਂ ਨੂੰ ਡੈਮੋ ਦੇ ਰਹੇ ਹਾਂ 5505 ਜਿਹੜਾ 24 ਦਿਨ ਦੀਆਂ ਬੋਰਡਰ ਸਾਈਡ ਤੋਂ ਆਏ ਹੋਏ। ਇਹ ਕਸਟਮਰ ਆਏ ਹੋਏ ਆ ਇਹ ਹਰਿਆਣੇ ਤੋਂ ਟਰਾਈ ਲੈਣ ਲਈ ਜੂਨ ਸਾਈਡ।
ਉਹਨਾਂ ਪਤਾ ਕੀ ਹੁੰਦਾ ਜਿਹੜੇ ਆਹ ਗੱਬਾ ਆ ਨਾ ਇਹ ਉੱਚੇ ਰਹਿ ਜਾਂਦੇ ਆ ਹਾਰਡ ਰਹਿ ਜਾਂਦੇ ਗੱਬੇ ਸਾਈਡ ਤੋਂ ਤਾਂ ਜ਼ਿਆਦਾ ਜ਼ਮੀਨ ਪੱਟ ਦਿੰਦੀਆਂ ਉਹ ਆਹ ਸਾਈਡ ਗੱਬਾ ਹਾਰਡ ਰਹਿਣ ਕਰਕੇ ਉਹ ਜਦੋਂ ਤੁਸੀਂ ਪਲੇਨ ਚਲਾਉਂਦੇ ਜਾਂ ਸੁਹਾਗਾ ਮਾਰਦੇ ਉਹ ਟੱਪਾ ਮਾਰਦਾ ਜਿਹੜਾ ਹਾਰਡ ਥਾਂ ਟੱਪਾ ਮਾਰਦਾ ਪੋਲੇ ਥਾਂ ਟਾਇਰ ਤੁੱਕਦਾ ਉਹ ਪਾੜ ਝਰੇ ਹੁਣ ਅੱਗੀ ਸੱਜਣੋਂ ਤੇ ਦੂਰ ਚ ਲੱਗੀ ਜੀ ਵੇਖ ਲਓ ਆਪਣਾ ਹੁਣ 22 ਦੀ ਲੈਣੀ 24 ਦੀ ਕਿਹੜੇ ਲੈਣੀ ਟਰੈਕਟਰ ਆਪਣੇ 10-15 ਆਸ ਪਰ ਛੋਟਾ ਹੈ ਨਹੀਂ ਇਹ ਟਰੈਕਟਰ ਛੋਟਾ ਨਾ ਗਿਣੋ ਇਹਨੂੰ ਇਹਨੂੰ ਤੁਸੀਂ 55 ਪਾਵਰ ਮੰਨ ਕੇ ਚੱਲੋ ਕਿਉਂਕਿ ਜਿਹੜਾ 4 ਵੀਲ ਹੈ ਜੀ 8-10 ਹਾਰਸ ਪਾਵਰ ਵਧਾ ਕੇ ਚੱਲਦਾ ਠੀਕ ਹੈ ਜੀ ਉਹ ਜੇ ਮੰਨ ਲਵੇ ਜਿਹੜੀ ਖਿਚਾਈ ਹੈ ਇਹਦੀ 55 ਪਾਵਰ ਜਿੰਨੀ ਹੈਗੀ ਹੈ ਠੀਕ ਹੈ ਬਸ 60 ਹੀ ਸਾਡੇ ਕੋ ਹਾਂ 22 ਲੈ ਲਓ 24 ਦਾ ਲਾਲਚ ਨਾ ਕਰੋ ਨਹੀਂ 22 ਤਾਂ ਵੀ ਬੈਸਟ ਰਹੂਗੀਆਂ ਜੀ 22 ਆ ਜਿਹੜਾ ਸੈੱਟ ਹਜੇ ਹੋਰ ਖੋਲ ਸਕਦੇ ਆ ਆਪਾਂ ਇਹਨੂੰ ਜਿਹੜਾ ਮੰਨ ਲਓ ਤੁਹਾਡੀ ਜ਼ਮੀਨ ਨਰਮ ਆ ਆ ਜ਼ਮੀਨ ਹਾਰਡ ਆ ਨਹੀਂ ਤੰਗ ਨਹੀਂ ਹੋਊਗਾ ਭਾਜੀ ਜ਼ਮੀਨ ਹਾਰਡ ਆ ਤੁਹਾਡੀ ਹੈ ਉੱਥੇ ਤੁਹਾਡੀ ਜ਼ਮੀਨ ਤੇ ਕਿਤੇ ਚੱਲਣਾ ਤੁਹਾਡੀ ਨਰਮ ਆ ਤੇ ਘੱਟ ਖੋਲ ਕੇ ਚੱਲੂਗਾ ਬਸ ਚੱਲੂਗਾ ਭਾਜੀ ਨਾਲੇ ਮਿੱਟੀ ਇੱਦੂ ਵੱਧ ਬਰੀਕ ਕਰੀ ਜੀ ਇਹਨੂੰ ਵੀ ਖੋਲ ਦੇਣ ਭਾਜੀ ਇਹਨੂੰ ਖੋਲ ਦੇਣ ਤੁਜੀ ਚੌਥੀ ਕਿੱਲੀ ਇਹਨੂੰ ਖੋਲ ਦੇਣ ਨਹੀਂ ਸਾਡਾ ਫਰਜ਼ ਬਣਦਾ ਤੁਹਾਨੂੰ ਪਹਿਲਾਂ ਫੁੱਲ ਖੋਲ ਕੇ ਚਲਾ ਕੇ ਦਿਖਾਉਣਾ ਕਿਉਂਕਿ ਤੁਸੀਂ ਕਹਿਣਾ ਤੇ ਇਹਦਾ ਐਂਡ ਕੀ ਆ ਅਸੀਂ ਤਾਂ ਐਂਡ ਦਿਖਾ ਤਾ ਤੁਹਾਨੂੰ ਜੇ ਹੋਰ ਦਿਖਾਉਣਾ ਹੋਰ ਖੋਲ ਲੈਣੇ ਬਾਬਾ ਠੀਕ ਹੈ ਠੀਕ ਹੈ ਨਹੀਂ ਭਾਜੀ ਸਹੀ ਆ ਇਹ ਕਸਟਮਰ ਆਏ ਹੋਏ ਆ ਹੁਸ਼ਿਆਰਪੁਰ ਸਾਈਡ ਤੋਂ 22 ਧਵੀਆਂ ਜੀ ਉਹਨਾਂ ਨੇ ਡੈਮੋ ਲੈਣੀ ਸੀ ਉਹਨਾਂ ਨੂੰ 22 ਧਵੀਆਂ ਜੀ ਡੈਮੋ ਦਵਾਈ ਆ ਸਿੱਧਾ ਹੋਊਗਾ ਟਰੈਕਟਰ ਅਤੇ ਨਾਲ ਇਹੀ ਕੱਟ ਚੱਕ ਲਊਗਾ ਦੇਖੋ ਕਿਵੇਂ ਕੱਟ ਚੱਕ ਰਿਹਾ ਜਦੋਂ ਮੋੜ 'ਤੇ ਸੀਗੀ ਤਾਂ ਉਦੋਂ ਬਿਲਕੁਲ ਨਹੀਂ ਲੱਗ ਰਹੀ ਸੀ ਪਰ ਜਦੋਂ ਮੋੜ ਤੋਂ ਸਿੱਧਾ ਹੋਇਆ ਤਾਂ ਟਰੈਕਟਰ ਨੇ ਤਵੀਆਂ ਨੇ ਕੱਟ ਚੱਕ ਲਿਆ ਸਾਡੀਆਂ ਤਵੀਆਂ ਦੀ ਇਹੀ ਸਪੈਸ਼ਲਿਟੀ ਹੈ ਤਾਂ ਹੀ ਕਰਕੇ ਬੱਥੇ ਉੱਚੇ ਨੀਵੇਂ ਨਹੀਂ ਕਰਦੀ ਬੰਨੇ ਉੱਚੇ ਨੀਵੇਂ ਨਹੀਂ ਕਰਦੀ ਜਿਸ ਸਿਆੜ 'ਚ ਆਪਾਂ ਮੁੜੇ ਸੀਗੇ ਉਸੇ 'ਚ ਆਪਾਂ ਫਿਰ ਬ੍ਰੇਕ ਮਾਰ ਕੇ ਮੋੜ ਕੇ ਲੈ ਆਉਂਦਾ ਟਰੈਕਟਰ ਨੂੰ ਉਸੇ ਸਿਆੜ 'ਚ ਮੁੜ ਕੇ ਆ ਜਾਣਾ ਉਸੇ ਸਿਆੜ 'ਚ ਮੁੜ ਕੇ ਆ ਕੇ ਉਹਦੇ ਦੁਆਲੇ ਹੀ ਗੇੜੇ ਲਾਉਣੇ ਰੋਜ਼ਾ